भैया वड़ा पाव है क्या? हाँ है ना मैडम। कैसे दिया? जी मैं यहाँ गोल गोल वड़ा पाव है, ਉਵੇਂ ਮੈਥ ਵਿੱਚ ਗੋਲ ਗੋਲ ਕੀ ਹੁੰਦਾ ਹੈ ਆਓ ਦੇਖੀਏ। ਦੇਖਿਆ ਕਿ ਆਪਾਂ ਨੂੰ ਕੋਈ ਅੰਕੜੇ ਦਿੱਤੇ ਆ, ਆਪਾਂ ਨੂੰ ਟੇਬਲ ਦੇ ਰੂਪ ਚ ਦਿਖਾਉਂਦੇ ਆ ਨਾ, ਉਹਨਾਂ ਦਾ ਆਪਾਂ ਸਿੱਟਾ ਕੱਢਣਾ, ਕੰਕਲੂਜਨ ਕੱਢਣਾ ਸੌਖਾ ਹੋ ਜਾਂਦਾ ਹੈ, ਇਸ ਕਰਕੇ ਟੇਬਲ ਬਣਾਉਂਦੇ ਆ। ਹੁਣ ਇੱਕ ਹੋਰ ਤਰੀਕਾ ਹੈ ਅੰਕੜਿਆਂ ਨੂੰ ਦਿਖਾਉਣ ਦਾ, ਉਹ ਹੈਗਾ ਪਾਈ ਚਾਰਟ। ਉਹ ਕਿਹੜਾ ਤਰੀਕਾ? ਚੱਕਰ ਦੇ ਰੂਪ ਵਿੱਚ ਦਿਖਾਉਣਾ, ਜਿਵੇਂ ਐ ਦਿਖਾਇਆ। ਇੱਕ ਤਰੀਕਾ ਆਪਾਂ ਟੇਬਲ ਦੇ ਰੂਪ ਚ ਦਿਖਾਣਾ ਸਿੱਖਿਆ ਚਾਰ ਪੁਆਇੰਟ ਚ, ਹੁਣ ਦੂਜਾ ਤਰੀਕਾ ਹੈਗਾ ਚੱਕਰ ਸਰਕਲ ਦੇ ਰੂਪ ਵਿੱਚ ਦਿਖਾਣਾ। ਇਹਦੇ ਚ ਕੀ ਹੋ ਜਾਂਦਾ? ਇਹਦੇ ਚ ਜਿਵੇਂ ਉਹਨਾਂ ਨੇ ਕੋਨ ਲੈ ਕੇ ਦਿਖਾਏ ਅੰਕੜੇ, ਕਿ ਮੰਨ ਲਓ ਪੂਰੇ ਦੇਸ਼ ਚ, ਭਾਰਤ ਦੇਸ਼ ਵਿੱਚ ਵੀਟ ਦੀ ਕਿੰਨੀ ਉਤਪਾਦਕ ਹੈ, ਮੇਸ ਕਿੰਨਾ, ਗ੍ਰਾਮ ਕਿੰਨਾ, ਚਾਵਲ ਕਿੰਨਾ, ਚੀਨੀ ਕਿੰਨੀ, ਇਹ ਸਾਰੇ ਜਿਵੇਂ ਦਿਖਾਏ ਕੋਨ ਹੈ 100 ਡਿਗਰੀ, 120 ਡਿਗਰੀ, 30 ਡਿਗਰੀ, 50 ਡਿਗਰੀ ਤੇ 60 ਡਿਗਰੀ। ਹੁਣ ਉਹ ਕਹਿੰਦਾ ਕੁਐਸਚਨ ਚ ਕਹਿੰਦਾ ਕਿ ਇਹਨਾਂ ਦੀ ਗਿਣਤੀ ਦੱਸੋ ਕਿ ਕਿੰਨੇ ਟਨ ਵੀਟ ਉਗਾਈ ਜਾਂਦੀ ਹੈ ਭਾਰਤ ਵਿੱਚ, ਕਿੰਨੇ ਟਨ ਮੱਕੀ ਉਗਾਈ ਜਾਂਦੀ ਹੈ, ਕਿੰਨੇ ਟਨ ਗ੍ਰਾਮ ਉਗਾਇਆ ਜਾਂਦਾ ਹੈ, ਕਿੰਨੇ ਟਨ ਚਾਵਲ ਉਗਾਇਆ ਜਾਂਦਾ ਹੈ ਤੇ ਕਿੰਨੇ ਟਨ ਸ਼ੂਗਰ। ਕਹਿੰਦਾ ਕਿ ਪੂਰੇ ਦੇਸ਼ ਵਿੱਚ ਟੋਟਲ ਪ੍ਰੋਡਕਸ਼ਨ ਕਿੰਨੀ ਉਗਾਈ ਜਾਂਦੀ ਹੈ, 8100 ਟਨ ਹੈ। ਰਿਲੇਟਿਡ ਬਣੇ ਬਣਾਏ ਕੁਐਸਚਨ ਦਿੱਤੇ ਹੈ, ਮਤਲਬ ਕਹਿਣ ਦਾ ਦੋ ਤਰੀਕੇ ਦੇ ਕੁਐਸਚਨ। ਪਹਿਲਾ ਕੁਐਸਚਨ ਹੈ ਕਿ ਆਪਾਂ ਨੂੰ ਪਾਈ ਚਾਰਟ ਬਣਿਆ ਬਣਾਇਆ, ਆਪਾਂ ਇਸ ਤੋਂ ਜੋ ਪ੍ਰਸ਼ਨ ਦਿੱਤੇ ਉਹ ਜਵਾਬ ਦੇਣੇ ਹੈ। ਜਿਵੇਂ 4.2 ਵਿੱਚ ਆਪਣੇ ਕੋਲ ਗ੍ਰਾਫ ਬਣਿਆ ਬਣਾਇਆ ਸੀ, ਉਹਦੇ ਜੋ ਕੁਐਸਚਨ ਦਿੱਤੇ ਸੀ ਆਪਾਂ ਗ੍ਰਾਫ ਨੂੰ ਦੇ ਕੇ ਜਵਾਬ ਦਿੱਤੇ। ਆਹੀ ਕੀਤਾ ਸੀ ਨਾ, ਇੱਕ ਗ੍ਰਾਫ ਆਪ ਬਣਾਉਣਾ। ਇਹਦੇ ਚ ਆਪਾਂ ਦੋਵੇਂ ਤਰ੍ਹਾਂ ਦੇ ਕੁਐਸਚਨ ਕਰਨੇ ਆ। ਪਹਿਲੇ 4 ਕੁਐਸਚਨ ਪਾਈ ਚਾਰਟ ਬਣਾਉਣੇ ਆ, ਉਹ ਪਹਿਲਾਂ ਆਪਾਂ ਪੜ੍ਹਨਾ ਸਿੱਖ ਲਈਏ ਫੇਰ ਬਣਾਵਾਂਗੇ, ਠੀਕ ਹੈ ਜੀ। ਹੁਣ ਆ ਤੁਹਾਡਾ 6ਵਾਂ ਕੁਐਸਚਨ। 6ਵੇਂ ਕੁਐਸਚਨ ਚ ਬੁੱਕ ਚ ਉਹਨਾਂ ਨੇ ਆ ਦਿੱਤਾ ਕਿ ਪੂਰੇ ਦੇਸ਼ ਵਿੱਚ 8100 ਟਨ ਚੀਜ਼ ਉਪਜਾਈ ਜਾਂਦੀ ਹੈ, ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਕਹਿੰਦਾ ਦੱਸੋ ਉਹਦੇ ਵਿੱਚੋਂ ਵੀਟ ਕਿੰਨੀ ਹੈ, ਮੱਕੀ ਕਿੰਨੀ ਹੈ, ਗ੍ਰਾਮ ਕਿੰਨੀ ਹੈ, ਚਾਵਲ ਦੀ ਕਿੰਨੀ ਗਿਣਤੀ ਹੈ ਤੇ ਸ਼ੂਗਰ ਕਿੰਨੇ ਟਨ ਉਗਾਈ ਜਾਂਦੀ ਹੈ, ਕਿਵੇਂ ਕੱਢਣਾ ਹੈ ਧਿਆਨ ਨਾਲ ਦੇਖੋ। ਇਹਦਾ ਆਪਾਂ ਇੱਕ ਟੇਬਲ ਬਣਾਉਣਾ, ਟੇਬਲ ਕਿਵੇਂ ਹੈ ਦੇਖੋ। ਇੱਥੇ ਲਿਖ ਲਓ ਕੁਛ ਵੀ, ਨੇਮ ਕੀ ਹੈ, ਨੇਮ ਵੀਟ 120 ਡਿਗਰੀ ਹੈ, ਇਹ ਐਂਗਲ ਲਿਖੋ, ਠੀਕ ਹੈ ਜੀ, 120 ਡਿਗਰੀ ਹੈ। ਉਸ ਤੋਂ ਬਾਅਦ ਮੇਸ ਕਿੰਨੇ ਡਿਗਰੀ ਹੈ, 30 ਡਿਗਰੀ, ਗ੍ਰਾਮ 50 ਡਿਗਰੀ ਤੇ ਰਾਈਸ 60 ਡਿਗਰੀ, ਸ਼ੂਗਰ 100 ਡਿਗਰੀ। ਹੁਣ ਆਪਾਂ ਇਹਨਾਂ ਦੀ ਕੱਲੇ ਕੱਲੇ ਦੀ ਕੱਢਣੀ ਹੈ, ਉਹਨਾਂ ਨੇ ਟੋਟਲ ਕਿੰਨਾ ਕਿਹਾ 8100। ਇਹਦਾ ਟੋਟਲ ਹਮੇਸ਼ਾ 360 ਡਿਗਰੀ ਹੋਊਗਾ, ਕਿਉਂਕਿ ਇਹ ਕੋਨ ਹੈ, ਕਿਉਂ ਕੋਨ ਜਿਹੜਾ ਹੁੰਦਾ ਪੂਰਾ ਵੱਡਾ ਕੋਨ 360 ਦਾ ਹੁੰਦਾ, ਇਸ ਤੋਂ ਵੱਧ ਦਾ ਕੋਨ ਨਹੀਂ ਹੁੰਦਾ, ਇਸ ਕਰਕੇ ਕੋਨ ਇੱਥੇ ਟੋਟਲ ਨਹੀਂ ਦਿੱਤੇ। ਆਪਾਂ ਆਪ ਹੀ ਧਿਆਨ ਚ ਰੱਖਣਾ ਕਿ ਕੋਨ ਹਮੇਸ਼ਾ ਜੋੜ ਕਿੰਨਾ ਹੋਗਾ 360, ਠੀਕ ਹੈ ਜੀ। ਹੁਣ ਇਹਦਾ ਮੁੱਲ ਕੱਢਣਾ ਕਿਵੇਂ ਕਿਵੇਂ, ਇੱਥੇ ਕੁਆਂਟਿਟੀ ਲਿਖ ਲਓ,
ਕਿਵੇਂ ਲਿਖਣਾ ਹੈ 120 ਡਿਗਰੀ ਬਟੇ 360 ਗੁਣਾ ਟੋਟਲ ਕਿੰਨਾ ਦਿੱਤਾ ਹੈ 81 ਜਿਹੜੀ ਵੀਟ ਹੈ ਅੰਨ ਹੈ ਉਹ ਕਿੰਨੀ ਗ੍ਰਾਮ ਕਿੰਨੇ ਟਨ ਉਪਜਾਈ ਗਈ 8100 ਚੋਂ ਕਿੰਨੇ ਟਨ ਵੀਟ ਹੈ 2700 ਪਤਾ ਚੱਲ ਗਿਆ ਹੁਣ ਅਗਲੀ ਮੇਜ਼ 30 ਬਟੇ ਕਿੰਨਾ ਲਿਖਣਾ 360 ਹਮੇਸ਼ਾ ਥੱਲੇ ਹੀ ਲਿਖਣਾ ਗੁਣਾ 8100 ਜੀਰੋ ਜੀਰੋ ਨਾਲ ਕੱਟ ਗਈ 3 × 3 = 3 12 ਜਾਂ 36 12 ਦੇ ਭਾੜੇ ਤੇ 8100 ਭਾਗ ਕਰੋ ਕਿੰਨਾ ਜਵਾਬ ਆਊਗਾ ਦੱਸੋ 12 ਦੇ ਭਾੜੇ ਤੇ 81 ਜਾਂਦਾ ਨਹੀਂ ਤਾਂ 81 ਦੇ ਥੱਲੇ ਕਿਹੜੀ ਆਊਗੀ ਰਕਮ 12 ਛੀਕੀ 72 11 ਚ 2 ਕੱਢੇ 12 7 84 ਹੁੰਦਾ ਯਾਨੀ ਕਿ 12 ਚ 72 11 ਚ ਕੱਢੇ 9 ਉੱਪਰ ਆ ਗਿਆ 7 0 ਹੁਣ ਅਗਲੀ 0 ਤਾਰੀ ਹੁਣ ਦੱਸੋ 12 ਦੇ 90 ਦੇ ਥੱਲੇ ਕੀ ਆਊਗਾ 12 7 84 6 6 ਤੇ ਅਗਲੀ 0 ਤਾਰੀ 60 ਕਿੰਨੇ ਨੰਬਰ ਦੇ 5 ਯਾਨੀ ਕਿ ਕਿੰਨਾ ਜਵਾਬ ਆ ਗਿਆ 675 ਟਨ ਯਾਨੀ ਕਿ 8100 ਚੋਂ 2700 ਟਨ ਤਾਂ ਵੀਟ ਹੈ ਤੇ ਜਿਹੜੀ ਮੱਕੀ ਹੈ ਉਹ ਕਿੰਨੇ ਟਨ ਹੈ 675 ਅੱਗੇ ਆ ਗਿਆ ਜੀ 50 ਦਾ ਇੱਥੇ ਕਰ ਲਓ 50 ਬਟੇ 360 ਗੁਣਾ 2700 8100 ਆ ਜੀਰੋ ਜੀਰੋ ਨਾਲ ਕੱਟੀ ਗਈ ਹੁਣ 5 ਦੇ ਭਾੜੇ ਤੇ 36 ਦਾ ਜਾਂਦਾ ਨੀ ਪਰ 36 ਦੇ ਭਾੜੇ ਤੇ 8100 ਜਾਂਦਾ ਦੇਖੋ ਭਾਗ ਕਰਕੇ ਦੇਖੀਏ 8100 36 ਦੂਣਾ ਕਿੰਨਾ ਹੁੰਦਾ 36 ਦੂਣਾ 72 90 ਆ ਗਿਆ ਆ 9 ਆ ਗਿਆ 0 ਤਾਰੀ 36 ਦੀ ਆ ਕਿੰਨਾ ਹੁੰਦਾ ਕਰਕੇ ਦੇਖੋ 36 ਦੀ ਆ 6 ਦੀ ਆ 18 3 ਦੀ 9 ਦੀ 10 ਨਹੀਂ 36 ਦੂਣਾ ਕਿੰਨਾ ਆ ਗਿਆ 72 10 ਚੋਂ 2 ਗਏ 8 ਉੱਪਰ ਆ ਗਿਆ 8 8 ਚੋਂ 7 ਕੱਢੇ ਅਗਲੀ ਰਕਮ ਉਤਾਰੀ 0 36 5 ਆ ਦੇਖੀ ਕਿੰਨਾ ਹੁੰਦਾ 6 5 30 5 ਦੀ 15 ਤੇ ਯਾਨੀ ਕਿ ਕਿੱਥੇ ਗਿਆ 5 ਜਵਾਬ ਕਿੰਨਾ ਆ ਗਿਆ 200 ਇੱਥੇ ਕੱਟਿਆ 225 225 ਨੂੰ 5 ਨਾਲ ਅੱਗੇ ਕੀ ਕਰਨਾ ਹੈ ਗੁਣਾ ਕਰੋ ਕਿੰਨਾ ਹੋਗਾ ਇਹ 225 ਨੂੰ 5 ਨਾਲ 5 5 25 5 ਗੁਣਾ 10 ਤੇ 2 12 5 ਗੁਣਾ 10 ਤੇ 1 ਯਾਨੀ ਕਿ ਕਿੰਨਾ ਆ ਗਿਆ 1125 ਟਨ ਅੱਗੇ ਕੀ ਹੈ ਰਾਈਸ ਰਾਈਸ ਦਾ 60 ਬਟੇ 360 ਗੁਣਾ 8100 ਜੀਰੋ ਜੀਰੋ ਦੇ 6 × 6 6 ਦੇ ਭਾੜੇ ਤੇ 8100 ਨੂੰ 6 ਨਾਲ ਭਾਗ ਕਰੀਏ 6 × 6 8 ਨੂੰ 6 ਕੱਢੇ 2 ਤੇ 1 6 ਦੀ 18 21 ਚੋਂ 18 ਕੱਢੇ 3 0 6 5 30 ਆ 0 ਬਚ ਗਈ ਇਹ ਇਤਰਾ ਕਿੰਨਾ ਆ ਗਿਆ 1350 ਹੁਣ ਅਗਲੀ ਅਖੀਰਲੀ ਰਹਿ ਗਈ 100 ਵਾਲੀ ਹਾਂਜੀ 100 ਬਟੇ 360 ਗੁਣਾ 8100 ਆ 0 0 ਨਾਲ ਕੱਟੀ ਗਈ 36 ਦੇ ਭਾੜੇ ਤੇ 81 ਆਪਾਂ ਕੱਟਿਆ ਸੀ ਨਾ ਕਿੰਨਾ ਆਇਆ ਸੀ 36 ਦੇ 225 ਦੇ ਹਾਂਜੀ
225 ਦੇ ਮਗਰ ਜ਼ੀਰੋ ਲੱਗਦਾ 2250 ਸਮਝ ਲੱਗ ਗਈ। ਯਾਨੀ ਕਿ ਆਪਣੇ ਕੋਲ ਆ ਗਿਆ ਸੀ ਪੂਰੇ 8100 ਟਨ ਵਿੱਚੋਂ ਕਿਹੜੀ ਚਾਵਲ, ਚੀਨੀ, ਮੱਕੀ ਇਹ ਕਿੰਨੇ ਕਿੰਨੇ ਚੀਜ਼ ਦੀ ਉਤਪਾਦਨ ਹੈ।